ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀ ਵੀ ਵੇਖਣ ਸੁਣਨ ਵਾਲਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਔਰ ਇਸ ਪ੍ਰੋਗਰਾਮ ਦੇ ਵਿੱਚ ਗਦਰ ਪਾਰਟੀ ਦਾ ਸਾਰਾ ਇਤਿਹਾਸ ਲੜੀਵਾਰ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਹਾਂ ਅਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਸੀ ਕਿਵੇਂ ਜਿਹੜੇ ਗਦਰੀ ਦੇਸ਼ ਭਗਤ ਸੀਗੇ ਉਹਨਾਂ ਨੇ ਭਾਰਤ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੀ ਆਰਥਿਕ ਲੋੜਾਂ ਦੀ ਜਿਹੜੀ ਪੂਰਤੀ ਨਹੀਂ ਸੀ ਹੋ ਰਹੀ, ਖਾਸ ਤੌਰ 'ਤੇ ਉਹ ਹਥਿਆਰ ਖਰੀਦਣਾ ਚਾਹੁੰਦੇ ਸੀ ਔਰ ਲਿਟਰੇਚਰ ਛਾਪਣਾ ਚਾਹੁੰਦੇ ਸੀ ਲੇਕਿਨ ਪੈਸੇ ਦੀ ਥੁੜ ਸੀ ਅਤੇ ਫਿਰ ਉਹਨਾਂ ਨੇ ਡਾਕੇ ਮਾਰਨੇ ਸ਼ੁਰੂ ਕੀਤੇ ਅਤੇ ਖਾਸ ਡਾਕਿਆਂ ਦਾ ਜਿਹੜਾ ਵੇਰਵਾ ਸੀ ਉਹ ਡਾਕਟਰ ਵਰਿਆਮ ਸੰਧੂ ਉਹਨਾਂ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਸੀ। ਆਓ ਜੀ ਕੁਝ ਹੋਰ ਖਾਸ ਡਾਕਿਆਂ ਬਾਰੇ ਸੰਧੂ ਸਾਹਿਬ ਕੋਲ ਜਾਣਦੇ ਹਾਂ। ਡਾਕਟਰ ਸਾਹਿਬ, ਪਿਛਲੇ ਪ੍ਰੋਗਰਾਮ ਦੇ ਵਿੱਚ ਬੜੇ ਕੁਝ ਖਾਸ ਡਾਕੇ ਜਿਹੜੇ ਸੀ ਉਹਨਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ ਸੀ ਅਤੇ ਇਹ ਜਿਹੜੇ ਡਾਕੇ ਗਦਰੀਆਂ ਨੇ ਮਾਰਨੇ ਸ਼ੁਰੂ ਕੀਤੇ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਲੋਕ ਇਹਨਾਂ ਨੂੰ ਦੇਸ਼ ਭਗਤ ਘੱਟ ਅਤੇ ਇਹਨਾਂ ਨੂੰ ਡਕੈਤ ਵੱਧ ਸਮਝਦੇ ਸੀ। ਤੁਸੀਂ ਕਰਤਾਰ ਸਿੰਘ ਸਰਾਭੇ ਦੀ ਵੀ ਇੱਕ ਜਿਹੜੀ ਸੀਗੀ ਵਾਰਤਾ ਸੁਣਾਈ ਸੀਗੀ ਕਿਵੇਂ ਉਹ ਸਪੀਚ ਕਰ ਰਹੇ ਸੀ, ਕਿਤੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਸੀਗਾ ਡਾਕੂ ਸਮਝ ਲਿਆ ਸੀ। ਇਹਦਾ ਸਮੁੱਚੀ ਗਦਰ ਲਹਿਰ ਉੱਪਰ ਕੀ ਅਸਰ ਪਿਆ ਇਹ ਇਹਨਾਂ ਦੇ ਡਾਕਿਆਂ ਦਾ ਜੀ? ਦੇਖੋ, ਗਦਰ ਲਹਿਰ ਉੱਤੇ ਜਿਹੜਾ ਅਸਰ ਪਿਆ ਇਹ ਬਹੁਤ ਨਾਂਵਾਚਕ ਅਸਰ ਪਿਆ, ਨੈਗੇਟਿਵ ਪਿਆ। ਠੀਕ ਹੈ। ਔਰ ਇਸ ਗੱਲ ਦਾ ਜਿਹੜਾ ਸੀਗਾ ਇਹ ਖਦਸ਼ਾ ਪਹਿਲਾਂ ਹੀ ਦੇਸ਼ ਭਗਤਾਂ ਨੂੰ ਕੁਝ ਨੂੰ ਹੈਗਾ ਸੀ, ਜਿਵੇਂ ਆਪਾਂ ਇਹ ਜ਼ਿਕਰ ਕੀਤਾ ਸੀ ਕਿ ਇਹ ਇੱਕੋ ਇੱਕ ਮੁੱਦਾ ਸੀ ਜਿਹਦੇ ਉੱਤੇ ਗਦਰ ਪਾਰਟੀ ਦੇ ਸਾਰੇ ਮੈਂਬਰ ਮੁਤਫਿਕ ਨਹੀਂ ਸਨ। ਠੀਕ ਹੈ। ਨਹੀਂ ਤਾਂ ਕੋਈ ਵੀ ਮਸਲਾ ਸੀਗਾ, ਕੋਈ ਵੀ ਯੋਜਨਾ ਸੀ, ਉਹਦੇ ਵਿੱਚ ਸਾਰੇ ਫੈਸਲੇ ਇੱਕ ਮਤ ਦੇ ਨਾਲ ਗਦਰ ਪਾਰਟੀ ਦੇ ਮੈਂਬਰ ਜਿਹੜੇ ਸੀ ਕਰਦੇ ਰਹੇ। ਇਹ ਜਦੋਂ ਡਾਕੇ ਮਾਰਨ ਦੀ ਸਕੀਮ ਜਿਹੜੀ ਸੀਗੀ ਲੁਧਿਆਣੇ ਦੇ ਇੱਕ ਪਿੰਡ ਦੇ ਨਜ਼ਦੀਕ ਮੀਟਿੰਗ ਕੀਤੀ ਗਈ ਤਾਂ ਇਹ ਮਤਾ ਕਰਤਾਰ ਸਿੰਘ ਸਰਾਭੇ ਨੇ ਰੱਖਿਆ, ਤਾਂ ਉਸ ਵੇਲੇ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਨਿਧਾਨ ਸਿੰਘ ਚੁੱਗਾ ਹੋਰਾਂ ਨੇ ਇਸ ਦੀ ਬਹੁਤ ਜ਼ਬਰਦਸਤ ਮੁਖਾਲਫਤ ਕੀਤੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਜੇ ਡਾਕੇ ਮਾਰਾਂਗੇ ਤਾਂ ਸਾਡਾ ਲੋਕਾਂ ਵਿੱਚ ਪ੍ਰਭਾਵ ਠੀਕ ਨਹੀਂ ਜਾਏਗਾ, ਸਾਨੂੰ ਤਾਂ ਜ਼ਰੂਰਤ ਹੈਗੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ, ਅਤੇ ਜਦੋਂ ਅਸੀਂ ਇਸ ਤਰ੍ਹਾਂ ਡਾਕੇ ਮਾਰਾਂਗੇ ਆਪਣੇ ਲੋਕਾਂ ਦੇ ਉੱਤੇ ਤਾਂ ਲੋਕ ਸਾਡੇ ਨਾਲੋਂ ਨਿਖੜ ਜਾਣਗੇ ਅਤੇ ਆਪਾਂ ਉਹ ਸਹੂਲਤ, ਉਹ ਸਾਥ ਜਿਹੜਾ ਸਾਨੂੰ ਲੋਕਾਂ ਤੋਂ ਮਿਲਣਾ ਉਹਦੇ ਤੋਂ ਵਾਂਝੇ ਹੋ ਜਾਵਾਂਗੇ ਜੀ। ਪਰ ਜਿਵੇਂ ਅਸੀਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਲੋੜ ਜਿਹੜੀ ਸੀਗੀ ਉਹ ਮਤਭੇਦਾਂ ਉੱਤੇ ਭਾਰੂ ਹੋ ਗਈ, ਕਿਉਂਕਿ ਪੈਸੇ ਦੀ ਬਹੁਤ ਸਖ਼ਤ ਜ਼ਰੂਰਤ ਸੀਗਾ। ਠੀਕ ਹੈ। ਬਹੁ ਮਤ ਕਰਤਾਰ ਸਿੰਘ ਸਰਾਭੇ ਦੇ ਨਾਲ ਸੀਗਾ, ਤੋ ਇਸ ਕਰਕੇ ਡਾਕੇ ਮਾਰਨ ਦੀ ਯੋਜਨਾ ਜਿਹੜੀ ਆ ਇਹ ਬਣਾ ਲਈ ਗਈ। ਅਸੀਂ ਇਹ ਵੀ ਜ਼ਿਕਰ ਕੀਤਾ ਸੀ ਇਹ ਆਉਂਦਾ ਹੈ ਕਿ ਸਾਡੇ ਦੇਸ਼ ਭਗਤ ਬਾਬਾ ਪਕਨਾ, ਬਾਬਾ ਬਿਲਗਾ ਜਾਂ ਸਾਡੇ ਇਤਿਹਾਸਕਾਰ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਬੰਗਾਲੀ ਜਾਂ ਬੰਗਾਲੀ ਬਾਬੂ ਰਾਸ ਬਿਹਾਰੀ ਬੋਸ ਹੈ ਉਹਦੇ ਪ੍ਰਭਾਵ ਦੇ ਥੱਲੇ ਆ ਕੇ, ਕਿਉਂਕਿ ਉਹ ਸਿਆਸੀ ਡਾਕੇ ਮਾਰਨ ਵਿੱਚ ਕੋਈ ਗੱਲ ਗਲਤ ਨਹੀਂ ਸਨ ਸਮਝੇ, ਅਤੇ ਉਹਨਾਂ ਨੇ ਕਿਹਾ ਸੀ ਜੇ ਪੈਸੇ ਦੀ ਲੋੜ ਪੂਰਤੀ ਕਰਨੀ ਹੈ, ਹਥਿਆਰ ਖਰੀਦਣੇ, ਤਾਂ ਸਿਆਸੀ ਡਾਕੇ ਤੁਹਾਨੂੰ ਮਾਰ ਲੈਣੇ ਚਾਹੀਦੇ ਨੇ। ਰਾਸ ਬਿਹਾਰੀ ਬੋਸ ਨੇ ਇਹ ਗੱਲ ਰੱਖੀ ਸੀਗੀ। ਡਾਕਟਰ ਸਾਹਿਬ, ਪੈਸੇ ਦੀ ਥੁੜ ਕਰਕੇ ਉਹ ਡਾਕੇ ਮਾਰ ਰਹੇ ਸੀ, ਲਿਟਰੇਚਰ ਛਾਪਣਾ ਚਾਹੁੰਦੇ ਸੀ, ਹਥਿਆਰ ਖਰੀਦਣਾ ਚਾਹੁੰਦੇ ਸੀ, ਜਦੋਂ ਡਾਕੇ ਮਾਰ ਰਹੇ ਸੀਗੇ ਅਤੇ ਇਸ ਪੈਸਾ ਜਿਹੜਾ ਲੁੱਟਦੇ ਸੀਗੇ, ਤੁਸੀਂ ਦੱਸਿਆ ਸੀਗਾ ਕਿ ਵੀ ਕੁਝ ਨਗਦੀ ਲੁੱਟਦੇ ਸੀਗੇ, ਸੋਨਾ ਵੀ ਲੁੱਟਦੇ ਸੀ, ਅਤੇ ਫਿਰ ਇਹਨਾਂ ਨੂੰ ਉਹਨਾਂ ਦੀ ਵਰਤੋਂ ਠੀਕ ਜਗ੍ਹਾ ਹੁੰਦੀ ਸੀ, ਲਿਟਰੇਚਰ ਛਪਿਆ, ਔਰ ਬਾਅਦ ਵਿੱਚ ਇਹਨਾਂ ਹਥਿਆਰ ਲੈ ਕੇ ਗਦਰੀਆਂ ਨੇ ਇਹਨਾਂ ਨੇ ਕੁਝ ਕਾਰਵਾਈਆਂ ਜਿਹੜੀਆਂ ਦੇਸ਼ ਦੇ ਆਜ਼ਾਦ ਕਰਾਉਣ ਵਾਸਤੇ ਕੀਤੀਆਂ ਜਾਂ ਨਹੀਂ ਕੀਤੀਆਂ? ਮਤਲਬ ਦੇਖੋ ਇਹ ਇੰਨੀ ਡਿਟੇਲ ਦੇ ਨਾਲ ਤਾਂ ਆਪਾਂ ਨੂੰ ਨਹੀਂ ਇਸ ਗੱਲ ਦਾ ਸੂਚਨਾ ਮਿਲਦੀ, ਕਿਉਂਕਿ ਜਿਹੜੇ ਮੁਕੱਦਮੇ ਨੇ ਲਹਿਰ ਦੇ ਨਾਲ ਜੁੜੇ ਹੋਏ, ਪਹਿਲਾ ਲਾਹੌਰ ਸਾਜਿਸ਼ ਕੇਸ, ਦੂਜਾ ਲਾਹੌਰ ਸਾਜਿਸ਼ ਕੇਸ ਜਿਹੜਾ ਉਹਦੇ ਵਿੱਚ ਜਿਹੜੇ ਗਵਾਹਾਂ ਦੇ ਬਿਆਨ ਨੇ ਉਹਨਾਂ ਬਿਆਨਾਂ ਤੋਂ ਜਿਹੜੀ ਸਾਨੂੰ ਰੌਸ਼ਨੀ ਮਿਲਦੀ ਆ, ਜਾਂ ਜਿਹੜੇ ਸਾਡੇ ਗਦਰੀ ਪਿੱਛੋਂ ਜਿਉਂਦੇ ਰਹੇ ਔਰ ਉਹਨਾਂ ਨੇ ਆਪਣੇ ਜੀਵਨ ਦੇ ਸਮਾਚਾਰ ਲਿਖੇ ਨੇ ਉਹਨਾਂ ਤੋਂ ਸਾਨੂੰ ਜਿਹੜੇ ਵੇਰਵੇ ਮਿਲਦੇ ਨੇ ਉਹਨਾਂ ਤੋਂ ਪਤਾ ਲੱਗਦਾ। ਪਰ ਇਹ ਇੱਕ ਗੱਲ ਤਾਂ ਨਿਸ਼ਚਿਤ ਸੀਗੀ ਕਿ ਜਿਹੜੇ ਇਹ ਡਾਕੇ ਵੱਜੇ, ਜਿਨ੍ਹਾਂ ਦਾ ਆਪਾਂ ਜ਼ਿਕਰ ਪਿਛਲੀ ਵਾਰ ਕੀਤਾ ਸੀ ਕਿ ਪੰਜ ਡਾਕੇ ਉਹਨਾਂ ਨੇ ਮੁੱਖ ਤੌਰ 'ਤੇ ਮਾਰੇ, ਪਹਿਲਾ ਸੀ ਸਾਹਨੇਵਾਲ ਵਾਲਾ ਡਾਕਾ, ਦੂਜਾ ਸੀ ਮਨਸੂਰਾਂ ਦਾ ਡਾਕਾ,
ਤੀਜਾ ਸੀਗਾ ਝੁਨੀਰ ਦਾ ਡਾਕਾ ਮਲੇਰਕੋਟਲਾ ਦੀ ਰਿਆਸਤ ਦੇ ਵਿੱਚ, ਚੌਥਾ ਸੀ ਚੱਬੇ ਵਾਲਾ ਡਾਕਾ। ਠੀਕ ਹੈ। ਇਹਨਾਂ ਵਿੱਚੋਂ ਪਹਿਲੇ ਤੋਂ ਸਾਹਨੇਵਾਲ ਵਾਲੇ 'ਚੋਂ ਅਸੀਂ ਕਿਹਾ ਸੀ ਕਿ ਬਹੁਤੀ ਮਾਇਆ ਨਹੀਂ ਹੱਥ ਲੱਗੀ, ਪਰ ਜਿਹੜਾ ਮਨਸੂਰਾਂ ਵਾਲਾ ਡਾਕਾ ਸੀ ਜਾਂ ਜਿਹੜਾ ਝੁਨੀਰ ਵਾਲਾ ਡਾਕਾ ਸੀ, ਇਹਦੇ ਵਿੱਚੋਂ 7 ਤੋਲੇ ਸੋਨਾ ਅਤੇ 16 ਸਿਰ ਚਾਂਦੀ ਜਿਹੜੀ ਸੀ ਉਹ ਮਿਲਦੀ ਆ, ਜਾਂ ਜਿਹੜਾ ਚੱਬੇ ਵਾਲਾ ਡਾਕਾ ਸੀ ਉਹਦੇ ਤੋਂ ਵੀ ਜਿਹੜਾ ਸੋਨਾ ਅਤੇ ਚਾਂਦੀ ਮਿਲਿਆ ਸੀ, ਸੋਨਾ ਪਿਘਲਾ ਕੇ ਰਾਸ ਬਿਹਾਰੀ ਬੋਸ ਨੂੰ ਦੇ ਦਿੱਤਾ ਗਿਆ ਸੀਗਾ। ਠੀਕ ਹੈ। ਅਤੇ ਜਿਹੜੀ ਚਾਂਦੀ ਸੀਗੀ ਉਹ ਜਿੰਨੀ ਵੀ ਸਾਰੀ ਉਹਨਾਂ ਨੂੰ ਡਾਕਿਆਂ ਤੋਂ ਮਿਲੀ ਸੀਗੀ ਉਹ ਵੀ ਉਹਨਾਂ ਨੇ ਰਾਸ ਬਿਹਾਰੀ ਬੋਸ ਨੂੰ ਦਿੱਤੀ, ਅਤੇ ਮਿਸਟਰ ਰਾਓ ਇੱਕ ਬੰਗਾਲੀ ਬੰਦਾ ਹੀ ਸੀਗਾ ਜਿਹੜਾ ਉਹ ਚਾਂਦੀ ਲੈ ਕੇ ਅਤੇ ਬੰਗਾਲ ਗਿਆ ਸੀਗਾ। ਮਤਲਬ ਇਹ ਕਿਸ ਵਾਸਤੇ ਜੀ? ਇਹ ਇਸੇ ਕਰਕੇ ਕਿ ਜਿਹੜੇ ਪੈਸੇ ਨੇ ਕਿ ਨਹੀਂ ਇਹਨਾਂ ਨੂੰ ਦਿੱਤੇ ਜਾਣ ਅਤੇ ਉਹ ਬੰਗਾਲ ਵੱਲੋਂ ਹਥਿਆਰ ਜਿਹੜੇ ਇਹਨਾਂ ਨੂੰ ਭੇਜਣ। ਆਪਾਂ ਅੱਗੇ ਇਹ ਵੀ ਜ਼ਿਕਰ ਕੀਤਾ ਸੀ ਕੁਝ ਥਾਵਾਂ ਦੇ ਉੱਤੇ ਚੌਕੀਮਾਨ ਸਟੇਸ਼ਨ ਉੱਤੇ ਹਥਿਆਰ ਆਉਣੇ ਸੀ ਬੰਗਾਲੀਆਂ ਵੱਲੋਂ ਸ਼ੀਸ਼ੇ ਦੇ ਸਮਾਨ ਦੀ ਬਿਲਟੀ ਦੇ ਰੂਪ ਦੇ ਵਿੱਚ, ਪਰ ਉਹ ਜਿਹੜਾ ਸੀਗਾ ਉਹ ਵੀ ਸੰਭਵ ਨਾ ਹੋ ਸਕਿਆ ਕਿਉਂਕਿ ਸ਼ੱਕ ਪੈ ਗਿਆ ਸੀਗਾ ਸਟੇਸ਼ਨ ਮਾਸਟਰ ਨੂੰ, ਉਹਨੇ ਪੁਲਿਸ ਬੁਲਾ ਲਈ ਔਰ ਜਗਤ ਸਿੰਘ ਨੇ ਜਿਹੜਾ ਸੀ ਉਹ ਸਟੇਸ਼ਨ ਮਾਸਟਰ ਨੂੰ ਮਾਰ ਦਿੱਤਾ ਸੀ। ਇਸ ਤਰ੍ਹਾਂ ਖਾਸੇ ਵੀ ਬਿਲਟੀ ਨਹੀਂ ਸੀ ਪਹੁੰਚੀ ਉਹਨਾਂ ਦੀ ਜਿਹੜੀ ਬੰਗਾਲ ਵਾਲੇ ਪਾਸੇ ਆਉਣੀ ਸੀ, ਪਰ ਬੰਗਾਲੀਆਂ ਨੇ ਕੁਝ ਹਥਿਆਰ ਉਸ ਤਰ੍ਹਾਂ ਦਿੱਤੇ ਵੀ। ਇਹ ਜਿਹੜੇ 3-4 ਡਾਕੇ ਵੱਜੇ ਨੇ, ਚੱਬੇ ਵਾਲਾ ਡਾਕਾ ਜਿਹੜਾ ਸੀ ਉਹਦੇ ਵਿੱਚ ਸ਼ਾਹੂਕਾਰ ਬੇਲੀ ਰਾਮ ਜਿਹੜਾ ਸੀ ਉਹਦੀ ਕੁੱਟ ਦੇ ਨਾਲ ਮੌਤ ਹੋ ਗਈ। ਵੈਸੇ ਜਿਹੜਾ ਪਹਿਲਾ ਡਾਕਾ ਸਾਹਨੇਵਾਲ ਵੱਜਾ ਸੀ ਨਾ, ਉਹਦਾ ਜਿਹੜਾ ਸੀਗਾ ਮਾਲਕ ਘਰ ਦਾ ਖੁਸ਼ੀ ਰਾਮ, ਉਹਦੀ ਵੀ ਸੱਟਾਂ ਦੇ ਨਾਲ ਬਾਅਦ ਵਿੱਚ ਮੌਤ ਹੋ ਗਈ ਸੀ। ਤੋ ਜਿਹੜੇ ਗਦਰੀ ਸਨ ਨਾ, ਉਹਨਾਂ ਨੇ ਪਹਿਲਾਂ ਇਹ ਫੈਸਲਾ ਕੀਤਾ ਹੋਇਆ ਸੀਗਾ ਕਿ ਕਿਸੇ ਵੀ ਬੰਦੇ ਨੂੰ ਜਾਨੀ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ। ਤਾਂ ਜਦੋਂ ਮਾਫ਼ ਕਰਨਾ ਡਾਕਟਰ ਸਾਹਿਬ, ਲੇਕਿਨ ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਗਦਰ ਪਾਰਟੀ ਦੇ ਬਹੁਤੇ ਮੈਂਬਰ ਜਿਨ੍ਹਾਂ 'ਚੋਂ ਸੋਹਣ ਸਿੰਘ ਭਾਕਣਾ ਹੁਣ ਦਾ ਜ਼ਿਕਰ ਖਾਸ ਤੌਰ ਦੇ ਉੱਪਰ ਆਉਂਦਾ ਹੈ, ਉਹ ਸਹਿਮਤ ਨਹੀਂ ਸੀ, ਔਰ ਇਹ ਵੀ ਦੂਰ ਅੰਦੇਸ਼ੀ ਵਾਲੀ ਗੱਲ ਹੈ ਕਿ ਜਦੋਂ ਡਾਕੇ ਵੱਜਣਗੇ ਅਤੇ ਜਿਹੜਾ ਜਿਨ੍ਹਾਂ ਦੇ ਘਰ ਡਾਕਾ ਮਾਰਨਾ ਹੈ ਉਹ ਵੀ ਵਿਰੋਧ ਕਰਨਗੇ, ਔਰ ਉਹਨਾਂ ਦੇ ਨਾਲ ਜਿਹੜੀ ਹੈ ਜੀ ਕਈ ਵਾਰ ਜਿੱਦਾਂ ਤੁਸੀਂ ਕਿ ਜ਼ਖਮੀ, ਹਾਂਜੀ, ਮੁੱਠਭੇੜ ਹੋ ਜਾਂਦੀ ਹੈ, ਔਰ ਦੂਸਰੇ ਪਾਸੇ ਜਿਹੜੇ ਲੋਕ ਨੇ ਔਰ ਉਹ ਵੀ ਖਿਲਾਫ਼ ਹੋ ਗਏ ਸੀ ਵੱਡੀ ਗਿਣਤੀ ਦੇ ਵਿੱਚ। ਸੋ ਕਿਸੇ ਵੀ ਪਾਸਿਓਂ ਇਹ ਜਿਹੜਾ ਸੀਗੇ ਜੀ ਡਾਕੇ ਮਾਰਨਾ ਸੰਭਾਵਨਾ ਬਣੀ ਸੀ ਕਿ ਬਣ ਸਕਦੀ, ਤੁਹਾਡੀ ਗੱਲ ਠੀਕ ਹੈ ਵੀ ਇਹ ਕਤਲ ਹੋਣ ਦੀ, ਲੜਾਈ ਹੋਣ ਦੀ, ਫਾਇਰ ਹੋਣ ਦੀ, ਮਰ ਜਾਣ ਦੀਆਂ ਗੁੰਜਾਇਸ਼ ਸੀਗੀ, ਬਹੁਤ ਡਾਕਿਆਂ ਦੇ ਵਿੱਚ ਹੋ ਜਾਂਦੀ ਹੈ, ਇਹਦੇ 'ਚ ਕੁਝ ਸੰਭਵ ਗੱਲ ਹੈਗੀ ਆ। ਸੋ ਡਾਕਟਰ ਸਾਹਿਬ, ਕਿਉਂਕਿ ਸਮਾਂ ਹੁਣ ਛੋਟੀ ਜਿਹੀ ਬ੍ਰੇਕ ਦਾ ਹੋ ਗਿਆ ਔਰ ਮੇਰੇ ਜ਼ਿਹਨ ਦੇ ਵਿੱਚ ਇੱਕ ਹੋਰ ਖਾਸ ਸਵਾਲ ਆਇਆ, ਅਤੇ ਮੈਂ ਚਾਹੁੰਦਾ ਕਿ ਇਸ ਬ੍ਰੇਕ ਤੋਂ ਬਾਅਦ ਹੀ ਮੈਂ ਤੁਹਾਡੇ ਕੋਲੋਂ ਸਵਾਲ ਜਿਹੜਾ ਜੀ ਉਹਦਾ ਜਵਾਬ ਜਾਣਨਾ ਚਾਹੁੰਦਾ। ਸੋ ਪਿਆਰੇ ਦਰਸ਼ਕੋ, ਇਹ ਡਾਕਿਆਂ ਦੀ ਜਿਹੜੀ ਗੱਲ ਡਾਕਟਰ ਸੰਧੂ ਕਰ ਰਿਹਾ, ਔਰ ਆਮ ਤੌਰ 'ਤੇ ਆਪਾਂ ਨੂੰ ਪਤਾ ਹੀ ਨਹੀਂ ਆ ਕਿ ਜਿਹੜੇ ਗਦਰੀ ਸਾਡੇ ਬਾਬੇ ਸੀ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਡਾਕੂ ਸਮਝਿਆ ਜਾਂਦਾ ਸੀ, ਅਤੇ ਆਪਾਂ ਇਹ ਜਿਹੜੀਆਂ ਗੱਲਾਂ ਨੇ ਬੜੇ ਵਿਸਥਾਰ ਦੇ ਨਾਲ ਜਿਹੜੀ ਇਹ ਜਾਣਕਾਰੀ ਡਾਕਟਰ ਸੰਧੂ ਹੁਣਾਂ ਕੋਲ ਲੈਣੇ ਇਸ ਬ੍ਰੇਕ ਤੋਂ ਬਾਅਦ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ, ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ 'ਤੇ, ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਅਤੇ ਹੋਰ ਬਹੁਤ ਸਾਰੇ ਪਲੇਟਫਾਰਮਸ 'ਤੇ ਅਵੇਲੇਬਲ ਹਾਂ, ਅਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ, ਔਰ ਗਦਰ ਪਾਰਟੀ ਦੇ ਦੇਸ਼ ਭਗਤ ਪੰਜਾਬ ਦੇ ਵਿੱਚ ਜਦੋਂ ਡਾਕੇ ਮਾਰਨ ਲੱਗ ਪਏ, ਔਰ ਡਾਕਟਰ ਸਾਹਿਬ ਪਹਿਲਾਂ ਦੱਸ ਰਹੇ ਸੀ ਸਾਨੂੰ ਕਿ ਗਦਰ ਪਾਰਟੀ ਦੇ ਦੇਸ਼ ਭਗਤ ਜਿਹੜੇ ਸੀ ਸਾਰੇ, ਉਹਨਾਂ ਦੀ ਆਪਸ ਦੇ ਵਿੱਚ ਰਾਏ ਨਹੀਂ ਸੀ ਮਿਲ ਰਹੀ, ਕਿਉਂਕਿ ਬਹੁਤ ਸਾਰੇ ਜਿਹੜੇ ਸੀ ਮੁਤਫਿਕ ਨਹੀਂ ਸੀ ਹੈਗੇ ਕਿ ਦੂਜੇ ਜਿਹੜੇ ਮੈਂਬਰ ਇਹਨੂੰ ਡਾਕੇ ਮਾਰਨੇ ਚਾਹੀਦੇ ਜਾਂ ਨਹੀਂ ਮਾਰਨੇ ਚਾਹੀਦੇ। ਆਓ ਜੀ ਅਗਲੀ ਜਿਹੜੀ ਆ ਗੱਲਬਾਤ ਡਾਕਟਰ ਸੰਧੂ ਹੁਣਾਂ ਕੋਲ ਜਾਣਦੇ ਹਾਂ। ਡਾਕਟਰ ਸਾਹਿਬ, ਇਹ ਤਾਂ ਗੱਲ ਜਿੱਦਾਂ ਮੈਂ ਪਹਿਲਾਂ ਵੀ ਕਰ ਰਿਹਾ ਸੀ, ਬੜੀ ਸਾਫ਼ ਜਿਹੀ ਗੱਲ ਹੈ ਕਿ ਵੀ ਜਦੋਂ ਤੁਸੀਂ ਡਾਕੇ ਮਾਰਨੇ ਸੀ ਔਰ ਫਿਰ ਮੁੱਠਭੇੜ ਹੋ ਜਾਣੀ ਤਾਂ ਜ਼ਰੂਰ ਸੀ, ਕਤਲ ਵੀ ਹੋਏ, ਜਦੋਂ ਸਾਰਾ ਕੁਝ ਹੋ ਗਿਆ, ਲੋਕ ਵੀ ਖਿਲਾਫ਼ ਹੋਣੇ ਸ਼ੁਰੂ ਹੋ ਗਏ, ਅਤੇ ਜਿਹੜੇ ਪਾਰਟੀ ਦੇ ਬਾਕੀ ਸਿਆਣੇ ਮੁਹਤਬਰ ਬੰਦੇ ਹੋਰ ਮੈਂਬਰ ਸੀ ਜਿਹੜੇ ਪਹਿਲਾਂ ਨਹੀਂ ਸੀ ਇਸ ਸਹਿਮਤ ਉਹਨਾਂ ਦੀ ਇਸ ਯੋਜਨਾ ਦੇ ਨਾਲ, ਫਿਰ ਪਾਰਟੀ 'ਤੇ ਕਿੱਦਾਂ ਦਾ ਅਸਰ ਪਿਆ, ਜਾਂ ਪਾਰਟੀ ਦੇ ਬਾਕੀ ਮੈਂਬਰਾਂ ਨੇ ਫਿਰ ਉਹਨਾਂ ਨੂੰ ਇਸ ਕੰਮ ਕਰਨ ਤੋਂ ਡਾਕੇ ਮਾਰਨ ਤੋਂ ਵਰਜਿਆ, ਜਾਂ ਕੰਮ ਇਸ ਤਰ੍ਹਾਂ ਨਿਰੰਤਰ ਫਿਰ ਜਾਰੀ ਰਿਹਾ? ਨਹੀਂ, ਇਹ ਜਿਵੇਂ ਆਪਾਂ ਜ਼ਿਕਰ ਕੀਤਾ ਨਾ ਕਿ ਪਾਰਟੀ ਦੀ ਪਹਿਲਾਂ ਹੀ ਇਹ ਯੋਜਨਾ ਸੀ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਕੀਤਾ ਜਾਵੇ, ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਸ ਗੱਲ ਦੀ ਸੰਭਾਵਨਾ ਬਣੀ ਰਹਿੰਦੀ ਸੀਗੀ, ਕਿਉਂਕਿ ਜਿਵੇਂ ਬੇਲੀ ਰਾਮ ਚਾਬੀਆਂ ਨਹੀਂ ਸੀ ਦੇ ਰਿਹਾ ਉਹਨਾਂ ਨੂੰ, ਉਹਨਾਂ ਨੇ ਕੁੱਟਿਆ, ਜ਼ਿਆਦਾ ਮਾਰ ਪਈ ਔਰ ਕੁੱਟ ਦੇ ਨਾਲ ਬੇਲੀ ਰਾਮ ਜਿਹੜਾ ਸੀ ਉਹਦੀ ਬਾਅਦ ਵਿੱਚ ਮੌਤ ਹੋ ਗਈ। ਪਰ ਜਦ ਤੱਕ ਤੁਸੀਂ ਕਹਿ ਰਹੇ ਕਿ ਪਾਰਟੀ ਦੇ ਜਿਹੜੇ ਬਾਕੀ ਮੈਂਬਰ ਸਨ ਜਾਂ ਪਾਰਟੀ ਨੇ ਇਹਦੇ ਬਾਰੇ
की फैसला लिया वो है कि पार्टी ने बकायदा इस गल का बुरा मनाया कि बेली राम का कतल क्यों किया गया। ठीक है, मतलब इस गल का, हालांकि दो गदरी भी जोड़े से शहीद हो गए चब्बे वाले डाके दे विच, ते अमृतसर की जी पार्टी की इकाई सी ना उन्होंने इस गल की निंदा की कि बेली राम का कतल जोड़ा सी ये नहीं सी होना चाहिए, ये बहुत माड़ी गल है और अगे तो इस गल के वास्ते सावधानी वरती जाए। इत्थे एक दिलचस्प गल मैं तुहाडे नाल जांदे जांदे सांझी करनी चाहवांगा। तुसीं बार बार जिक्र कर रहे हो कि जिहड़े लोग सन उह साथ नहीं सी दे रहे ते उहनां नूं डाकू समझ रहे सीगे, इस गल दे बावजूद कि करतार सिंह सराभा ते साथी भाषण भी दिंदे सीगे बार बार कि असीं तुहाडे भरा आ, असीं बाहरले देशां चों देश नूं आज़ाद कराउण आए हाँ, तुहानूं सानूं साथ देना चाहीदा आ, असीं जिहड़े पैसे लुट रहे हाँ ये पैसे तुहानूं वापस दवांगे व्याज समेत दवांगे, पर इहदे बावजूद भी लोग जिहड़े सी उहनां उत्ते विश्वास नहीं सी करदे क्योंकि सरकार का प्रापेगंडा इस तरह का सीगा कि ये डाकू तो कातल बना के इन्हों पेश किया जा रहा, जिवें असी जिक्र किया सीगा कि भाई परमानंद ने लिखा कि वो एक दोस्त नूं जदों चब्बे वाला डाका वजा तो एक पुलिस के अफसर ने कहा सी कि हुण साडा काम बन गया, साडा काम बन गया का मतलब ये कि असी इहो ही चाहुंदे आ कि इहो जिहा कोई गलत काम करन तां कि असी इन्हां नूं डाकू लटेरे तो बदमाश के तौर पर लोगों के मशहूर कर सकीए, साबित कर सकीए। आपां गल कर रहे सी कि उस वेले तां नहीं समझिया, पर हालात दे बदलन दा असर देखो कि उहो ही बेली राम दे जिहड़े पुत पोतरे जिहड़े उहदी अंश बंस आ ना अगे जी, जिहड़ी तिजौरी नूं खोलण वास्ते बेली राम नूं कुट्टिया गया ते उहने चाबी नहीं सी दिंदा ते बाद विच कुट के चाबी लई और उहदे विचों समान लुट के सोना जां चांदी जां पैसे लै के गए, उहो ही जिहड़ी तिजौरी आ ना उह कुछ साल पहलां 5-7 साल पहलां चब्बे दा उहो ही परिवार जिहड़ा जी वो देश भगत यादगार कमेटी नूं उन्होंने सत्कार सहित भेटा की। ठीक है, उन्होंने कहा कि साडे वडेरियां नूं इस गल का पता नहीं सी हैगा पर सानू इस गल का एहसास है कि भावें उन्हों का बजुर्ग मारिया गया उहदे विच पर जिहड़े देश भगत सन वो एक चंगे कास दे वास्ते सारा काम करदे पए सन। सो तिजोरी तुहाडे कहण दा भाव अजे भी देश भगत हाल जलंधर विच पई होई है, देश भगत यादगार हाल दे विच वो तिजोरी जिहड़ी आ वो साडा जिहड़ा देश भगत यादगार हाल दा अजायब घर समझो तुसीं म्यूजियम है उहदे विच पई होई है, उहदे विच कई चीज़ां इहो जिहियां पईआं होईआं ने जिहड़ियां फर्ज़ करो उहदे विच शहीद ऊधम सिंह जिहड़ी वारसशाह दी हीर उहदी निजी सी जिहड़ी उह पढ़दा हुंदा सीगा ਉਹ ਵਾਰਸ਼ਾ ਦੀ ਹੀਰ ਵੀ ਉੱਥੇ ਪਈ ਹੋਈ ਆ। ਖੈਰ ਆਪਾਂ ਗੱਲ ਕਰ ਰਹੇ ਸੀ ਕਿ ਚਾਰ ਡਾਕੇ ਵੱਜੇ, ਪੰਜਵਾਂ ਡਾਕਾ ਜਿਹੜਾ ਸੀਗਾ ਉਹ ਵੱਜਾ ਸੀਗਾ ਇੱਕ ਪਿੰਡ ਦੇ ਵਿੱਚ ਰਾਹੋਂ ਜਾਂ ਰੱਬੋਂ ਪਿੰਡ ਕਿਹਾ ਜਾਂਦਾ, ਜਿਹਦੇ ਵਿੱਚ ਇੱਕ ਵਿਧਵਾ ਸੀ ਬੀਬੀ ਸਰਦੀ, ਉਹਦੇ ਘਰ ਵਿੱਚ ਡਾਕਾ ਵੱਜਾ, ਇਹ ਗਾਂਧਾ ਸਿੰਘ ਦੀ ਦਸ 'ਤੇ ਡਾਕਾ ਵੱਜਾ ਸੀਗਾ। ਔਰ ਇਹ ਜਿਹੜਾ ਡਾਕਾ ਸੀ ਨਾ ਇਹ 'ਤੇ ਪਹਿਲਾਂ ਜਿਹੜੇ ਆਮ ਡਾਕੂ ਸਨ ਉਹ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਸਫਲ ਨਹੀਂ ਹੁੰਦੇ ਰਹੇ। ਠੀਕ ਹੈ, ਉਹਨਾਂ ਨੇ ਦੱਸ ਪਾਈ ਵੀ ਇੱਥੇ ਵੀ ਇਹ ਡਾਕਾ ਮਾਰਿਆ ਜਾ ਸਕਦਾ, ਔਰ ਉਹ ਜਦੋਂ ਡਾਕਾ ਵੱਜਾ ਅਤੇ ਉਹ ਡਾਕਾ ਵੱਜਣ ਤੋਂ ਪਹਿਲਾਂ ਚੂੜ ਸਿੰਘ ਨੂੰ ਲੀਲ ਪਿੰਡ ਦਾ ਸੀ ਉਹਨੂੰ ਭੇਜਿਆ ਗਿਆ ਜਾ ਕੇ ਪਿੰਡ ਦਾ ਹਾਲ ਦੇਖ ਕੇ ਆ ਤੂੰ, ਉਹ ਪਿੰਡ ਦਾ ਹਾਲ ਦੇਖ ਕੇ ਆ ਕੇ ਕਹਿੰਦਾ ਪਿੰਡ ਸਾਰਾ ਸੁੱਤਾ ਹੋਇਆ, ਉਹ ਗਏ ਔਰ ਉਹਨਾਂ ਨੇ ਜਾ ਕੇ ਡਾਕਾ ਮਾਰਿਆ, ਉਹ ਡਾਕੇ ਮਾਰ ਕੇ ਜਿਹੜਾ ਪੈਸਾ ਸੀ ਉਹ ਲੁੱਟ ਕੇ ਜਦੋਂ ਜਾਣ ਲੱਗੇ ਅਤੇ ਜਿਹੜੀ ਬੀਬੀ ਸਰਦੀ ਸੀਗੀ ਉਹਦੀ ਇੱਕ ਜਵਾਨ ਮੁਟਿਆਰ ਧੀ ਵੀ ਸੀਗੀ, ਉਹਨੇ ਕਿਹਾ ਕਿ ਮੇਰੇ ਖਾਣ ਵਾਸਤੇ ਤਾਂ ਕੁਝ ਪੈਸੇ ਮੈਨੂੰ ਦੇ ਦਿਓ ਤਾਂ ਕਿ ਮੈਂ ਦਾਣੇ ਲੈ ਸਕਾਂ, ਤਾਂ ਉਹਨਾਂ ਨੇ ਚੂੜ ਸਿੰਘ ਨੇ ਉਹਨੂੰ ਕਿਹਾ ਮੁੱਠ ਭਰ ਕੇ ਜਿਹੜੇ ਉਹਦੇ ਪੈਸਿਆਂ 'ਚੋਂ ਰੁਪਈਏ ਨੂੰ ਵਾਪਸ ਕਰ ਦਿੱਤੇ। ਇਹਦੇ ਤੋਂ ਇੱਕ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਵਿਹਾਰ ਦਾ ਮਾਨਵੀ ਪੱਖ ਜਿਹੜਾ ਸੀ ਨਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਨੇ ਇੰਨੀ ਹਿੰਮਤ ਕਰ ਲਈ ਉਹਨਾਂ ਨੂੰ ਆਖਣ ਦੀ। ਪਰ ਇੱਕ ਗੱਲ ਨਾਲ ਦੇ ਨਾਲ ਜਿਹੜੀ ਕਿ ਨਹੀਂ ਨੈਗੇਟਿਵ ਜਾਂਦੀ ਆ ਸਾਡੇ ਗਦਰੀਆਂ ਦੇ ਉਹ ਜਿਨ੍ਹਾਂ ਨੇ ਡਾਕੇ ਮਾਰੇ, ਮਤਲਬ ਡਾਕੇ ਜਿਹੜੇ ਸੀਗੇ ਕਿਸੇ ਸ਼ਾਹੂਕਾਰ ਦੇ ਘਰ ਮਾਰਨਾ ਤਾਂ ਇਹ ਕੋਈ ਵਾਜਬ ਲੱਗਦਾ ਸੀ, ਸਰਕਾਰੀ ਖਜ਼ਾਨਿਆਂ 'ਤੇ ਡਾਕਾ ਮਾਰਨਾ ਵਾਜਬ ਲੱਗਦਾ ਸੀਗਾ, ਸਧਾਰਨ ਲੋਕਾਂ 'ਤੇ ਡਾਕੇ ਮਾਰਨੇ ਸੀ ਕਿ ਨਹੀਂ, ਇਹ ਗੱਲ ਐਡੀ ਸਾਡੇ ਇਤਿਹਾਸਕਾਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਗੱਲ ਐਡੀ ਵਾਜਬ ਨਹੀਂ ਸੀ ਹੈਗੀ ਕਿ ਹੁਣ ਜਿਹੜੀ ਇੱਕ ਵਿਧਵਾ ਹੈਗੀ ਆ ਉਹਦੇ ਘਰ ਵੀ ਜਿਹੜਾ ਡਾਕਾ ਮਾਰਿਆ ਗਿਆ ਅਤੇ ਉਹਦੇ ਮੰਗਣ 'ਤੇ ਉਹਨੂੰ ਪੈਸੇ 'ਤੇ ਭਾਵੇਂ ਵਾਪਸ ਕੁਝ ਦੇ ਦਿੱਤੇ ਗਏ, ਪਰ ਇਹ ਗੱਲ ਜਿਹੜੀ ਹੈ ਇਹ ਲੋਕਾਂ ਤੋਂ ਨਖੇੜਨ ਵਾਲੀਆਂ ਗੱਲਾਂ ਸੀਗੀਆਂ। ਤਾਂ ਇਹ ਜਿਹੜੇ ਪੰਜ ਡਾਕੇ ਨੇ ਇਹ ਪੰਜ ਡਾਕੇ ਉਹਨਾਂ ਨੇ ਮਾਰੇ, ਪਰ ਬਾਕੀ ਜਿੰਨੇ ਡਾਕੇ ਵੱਜੇ
वो डाके 12-13 डाके वजे तो सरकार ने वो 12 के 12 या 13 के 13 डाके जोड़े से गदरिया के जोड़े से खाते में पा दिते और उन्होंने डाकू कातल तो लुटेरे बना के लोगों के सामने पेश कर दिता। सो तुहाडे कहण दा भाव डॉक्टर साहब यह कि कुल मिला के गदरिया ने सिर्फ 5 या 6 डाके ही मारे से। हाँ, 5 डाके का जिक्र हुंदा, कुछ थावां उत्ते 6 दा हुंदा जिहड़े उन्हां दे खाते विच पैंदे आ, बाकी डाके जिहड़े ने ते किन्ने समें दे विच मारे सी जी उन्हां ने? ये समा बहुता नहीं हैगा, ये 23 जनवरी तो डाके वजदे ने ते ये जिहड़ा जनवरी के अखीर दे विच फरवरी के 2-3 फरवरी चब्बे वाला डाका वजदा ते कुछ दिनों के बाद जिहड़ा वो राहों वाला या रब्बों वाला डाका वजदा ये महीने के विच विच, क्योंकि अगे 21 फरवरी तो उन्होंने गदर की तरीक भी मिथ ली सी, बहुत थोड़ा स्पैन सी जिहदे विच उन्होंने डाके मारे, पर बाकी डाके सारे उन्होंने नाँ ते पै गए। सो डॉक्टर साहब उस वेले संचार माध्यम भी इन्ना नहीं सी, सूचना जिहड़ी टैक्नोलॉजी इन्नी नहीं सी, फिर भी पंजाब दे विच हर जगह ते सुनन नूं मिलदा सी। हुण तुसीं एक बारी आप ये प्रोग्राम दे विच जिक्र कीता सीगा कि तुसीं सुर सिंह नूं बिलोंग करदे हो और जदों तुसीं एक बारी अखबार चों पढ़िया कि गदरी जगत सिंह उह सुर सिंह तों सी, तुसीं अपने बाबे नूं पुछिया कि भी जगत सिंह कौण सी तां उहने कहा सीगे अमरीका कनेडा तों आए डाके मारदे सी। इहदा मतलब इह है कि ये सिर्फ 5 या 6 डाकियां दे नाल ही जिहड़ा जी पूरे पंजाब दे विच बदनाम हो गए। सो मैं इस सवाल का जवाब तुहाडे को जानना चाहुंदा, पर समा ब्रेक का हो गया जी, सो इस छोटी जी ब्रेक तो बाद इस सवाल का जवाब जिहड़ा डॉक्टर संधु हुणा को जानदे जी आपां। प्राइम एशिया टीवी नूं तुसीं हुण इंडिया विच भी देख सकदे हो Amazon Fire Stick दे जरिए। इस तों इलावा असीं अवेलेबल हाँ Apple TV, Smart TV, Yap TV, Fastway Box Channel No. 1 and other IPTV boxes ते, जां तुसीं अपने Apple जां Android फोन विच साडी ऐप भी डाउनलोड कर सकदे हो। इस दे नाल ही असीं Xbox, PS4 ते होर बहुत सारे प्लेटफॉर्म्स ते अवेलेबल हाँ, ते सब तों जरूरी साडा यूट्यूब चैनल सबसक्राइब करना ना भुलना। प्राइम एशिया टीवी, तुहाडा अपना, तुहाडे लई। ब्रेक तो बाद तुहाडा स्वागत है जी प्रोग्राम प्राइम हिस्ट्री दे विच, और इस प्रोग्राम दे विच अज दे प्रोग्राम दे विच खास तौर ते असीं गदर पार्टी वल्लों पंजाब दे विच मारे गए उन्हां डाकियां दा जिक्र कर रहे हां कि जिहड़े खास मेजर डाके 5 या 6 डाके गिने गए सी गदर पार्टी वल्लों, और बाकी जिहड़े होर 12-14 डाके जिहड़े वजे सी उह वी अंग्रेज़ सरकार ने गदरियां दे नाल लिख दित्ते सी, जिन्हां करके गदरियां दी जिहड़ी सी साख उह पंजाब दे लोकां दे विच जिहड़ी है जी उह माड़ी होई, धुंधली पई, मठी पई। सो जी अगला गल जिहड़ी है डॉक्टर संधु हुणा दे नाल आपां करदे हां। डॉक्टर साहब ब्रेक तो पहला मैं जिक्र कर रहा सीगा कि तुसीं दस दिओ कि 5 या 6 डाके वजे सीगे गदरियां ने मारे सी, पर फिर भी उहनां नूं देश भगत घट ते डाकू डकैत के तौर पर वध जाणा जांदा सी। ते तुसीं पिछले प्रोग्राम विच जिक्र कीता सी कि तुसीं सुर सिंह पिंड तों, और तुसीं जदों अपने एक अखबार दे विच जिहड़े प्रसिद्ध गदरी जगत सिंह सुर सिंह जिहड़े करतार सिंह सराभा दे नाल ही फांसी लगे सी ते उहनां दा जिक्र पढ़िया, तुसीं अपने बाबे नूं पुछिया भी सानू कदी दस्या नहीं अपने पिंड के इतिहास बारे भी ये भी देश भगत गदरी सी, तो कहिंदे अच्छा किहड़े जगत सिंह की गल करदा, उह तां अमरीका कनेडा तो आए से डाके मारदे सी। सो मेरा सवाल है कि सिर्फ महज़ 5-6 डाकियां दे नाल ही, क्योंकि उदों संचार माध्यम इन्ने नहीं सी, ते सारे पंजाब च बदनाम हो गए गदरी? देखो ये जिवें मैं तुहानूं दस्या ना कि सरकार की एक पूरी योजना सी जिहदे मुताबक उन्होंने प्रचार किया जी, जिवें उह प्रचार का असर किवें होया ये बाबा सोहण सिंह भकना दसते हैं कि जदों उन्होंने काले पानी की सज़ा हुई तो उन्होंने कलकत्ते वल लजाया जा रहा सी रेल च, ते बेड़ियां पईयां होईयां सीगियां, हथकड़ियां लगियां होईयां सी, ते जिथे भी गड्डी किते रुकदी सी ना ओह जिहड़ी तस्वीर 4 या 5 गदरी खड़े ने और वो फेसबुक ते पिछले काफ़ी समय तो सोशल मीडिया ते पॉपुलर हुई, तुसीं उसे तस्वीर का जिक्र कर रहे हो? शायद नहीं, उहदे विच क्योंकि कुछ वो गदरी भी हैगे ने जिहड़े काले पानी नहीं गए, तो बेड़ियां तो उन्होंने लगियां होंदियां सी भावें किते भी होण उस वेले, तो उस वेले जिथे भी किते स्टेशन ते गड्डी रुकदी सी ते लोक जिहड़े सन ना उह हैरान हो के वेखदे सीगे भी इह कौण ने, ते हर उस थां दे उत्ते खास तौर ते कलकत्ते वर्गे थामर जदों गड्डी रुकी तां CID दे बंदे उत्ते पहलां ही सीगे, ते ਉਹ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਗਦਰੀ ਕੋਈ ਦੱਸ ਸਕਣ ਆਪਣੇ ਬਾਰੇ, ਉਹ ਕਹਿੰਦੇ ਸੀ ਵੀ ਇਹ ਡਾਕੂ ਨੇ, ਇਹ ਕਾਤਲ ਨੇ, ਔਰ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਆ, ਅਤੇ ਬਾਬਾ ਭਗਣਾ ਕਹਿੰਦੇ ਕਿ ਅਸੀਂ ਚੀਕ ਚੀਕ ਕੇ ਕਹਿੰਦੇ ਸਾਹਿਬ ਭਾਈ ਅਸੀਂ ਡਾਕੂ ਨਹੀਂ ਹਾਂ, ਅਸੀਂ ਦੇਸ਼ ਭਗਤ ਹਾਂ, ਅਸੀਂ ਇਸ ਤਰ੍ਹਾਂ ਬਾਹਰੋਂ ਅਮਰੀਕਾ ਅਤੇ ਕਨੇਡਾ ਵਿੱਚੋਂ ਆਏ ਹਾਂ, ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਿਹੜਾ ਸੀਗਾ ਉਹ ਸੰਘਰਸ਼ ਲੜਿਆ, ਅਸੀਂ ਫੜੇ ਗਏ, ਸਾਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਹੈ, ਸਾਡੇ ਕੁਝ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋਈ।
ਜਿਹੜਾ ਗਦਰ ਦਾ ਮੁਕਦਮਾ ਸੀ ਨਾ, ਪਹਿਲਾ ਲਾਹੌਰ ਸਾਜਿਸ਼ ਕੇਸ, ਦੂਜਾ ਲਾਹੌਰ ਸਾਜਿਸ਼ ਕੇਸ ਜੀ, ਉਹਦੇ ਵਿੱਚ ਡਾਕਿਆਂ ਦੇ ਸਿਰਲੇਖ ਹੇਠ ਇੱਕ ਵੱਖਰੀ ਕੈਟਾਗਰੀ ਬਣਾਈ ਗਈ ਸੀ, ਜਿਨ੍ਹਾਂ ਦੇ ਰਾਹੀਂ ਜਿਹੜੇ ਜੱਜ ਸਨ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਗਦਰੀ ਸਨ ਇਹਨਾਂ ਨੇ ਡਾਕੇ ਮਾਰਨ ਦੀ ਯੋਜਨਾ ਅਮਰੀਕਾ ਤੋਂ ਹੀ ਬਣਾਈ ਹੋਈ ਸੀ। ਇਹ ਕਹਿਣਾ ਕਿ ਇਹਨਾਂ ਨੇ ਇੱਥੇ ਆ ਕੇ ਅਤੇ ਆਪਣੀ ਲੋੜਾਂ ਦੀ ਪੂਰਤੀ ਵਾਸਤੇ ਡਾਕੇ ਮਾਰਿਆ, ਇਹ ਗੱਲ ਠੀਕ ਨਹੀਂ ਹੈਗੀ। ਇਹ ਪਹਿਲਾਂ ਹੀ ਡਾਕੇ ਮਾਰਨ ਦੀ ਨੀਤ ਨਾਲ ਹੀ ਆਏ ਸਨ, ਮਤਲਬ ਉਹ ਇਹਦੇ ਵਾਸਤੇ ਸਿਰਫ ਤਿੰਨ ਹਵਾਲੇ ਜੁਟਾ ਸਕਦੇ ਨੇ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਸਾਰੇ ਮੁਕੱਦਮੇ ਦੇ ਵਿੱਚ, ਔਰ ਉਹ ਹਵਾਲੇ ਉਹਨਾਂ ਨੇ ਗਦਰ ਗੂੰਜਾਂ ਦੀ ਜਿਹੜੀਆਂ ਨਜ਼ਮਾਂ ਜਾਂ ਕਵਿਤਾਵਾਂ ਸੀ ਉਹਨਾਂ ਵਿੱਚੋਂ ਦਿੱਤੇ। ਇੱਕ ਹਵਾਲਾ ਸੀਗਾ ਕਈ ਥਾਈਂ ਡਾਕੇ ਮਾਰੇ, ਪਹਿਲੀ ਗੱਲ, ਠੀਕ ਹੈ। ਦੂਜਾ ਹਵਾਲਾ ਸੀਗਾ ਕਿ ਸਾਨੂੰ ਸਰਕਾਰ ਉੱਤੇ ਡਾਕਾ ਮਾਰਨਾ ਚਾਹੀਦਾ ਹੈ ਅਤੇ ਸੁੱਤੇ ਹੋਏ ਪੰਜਾਬ ਨੂੰ ਜਗਾਉਣਾ ਚਾਹੀਦਾ ਹੈ। ਤੀਜਾ ਹਵਾਲਾ ਸੀਗਾ ਯੂਰਪੀਅਨਾਂ ਨੂੰ ਲੁੱਟੋ ਅਤੇ ਉਹਨਾਂ ਤੋਂ ਲੁੱਟੇ ਹੋਏ ਪੈਸੇ ਵਰਤੋਂ ਵਿੱਚ ਲਿਆਓ। ਹੁਣ ਤੁਸੀਂ ਆਪ ਅਨੁਮਾਨ ਲਾ ਸਕਦੇ ਹੋ, ਉਹ ਕਹਿ ਜੱਜ ਤਾਂ ਇਹ ਲਿਖਦਾ ਹੈ, ਕਹਿੰਦਾ ਕਿ ਇਹਨਾਂ ਹਵਾਲਿਆਂ ਦੀ ਰੋਸ਼ਨੀ ਵਿੱਚ ਇਹ ਕਹਿਣਾ ਮੁਸ਼ਕਲ ਆ ਕਿ ਇਹਨਾਂ ਨੇ ਪਹਿਲਾਂ ਹੀ ਯੋਜਨਾਬੰਦੀ ਨਾ ਕੀਤੀ ਹੋਵੇ ਭਲਾ ਡਾਕੇ ਮਾਰਨ ਦੀ। ਇਹਨਾਂ ਨੇ ਜ਼ਰੂਰ ਪਹਿਲਾਂ ਯੋਜਨਾਬੰਦੀ ਕੀਤੀ ਹੋਈ ਸੀ ਕਿਉਂਕਿ ਆਹ ਹਵਾਲੇ ਦੱਸਦੇ ਪਏ ਨੇ, ਪਰ ਇਹਨਾਂ ਹਵਾਲਿਆਂ ਦੀ ਤਹਿ ਵਿੱਚ ਜਾ ਕੇ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਸਾਫ਼ ਪਤਾ ਲੱਗਦਾ ਹੈ ਕਿ ਕਈ ਥਾਈਂ ਡਾਕੇ ਮਾਰੇ। ਇਹ ਜਿਹੜਾ ਇਹ ਇੱਕ ਕੱਟ ਕੇ ਹਿੱਸਾ ਦਿੱਤਾ ਗਿਆ, ਇਹ ਜਿੱਦਾਂ ਕਹਿੰਦੇ ਪ੍ਰਸੰਗ ਸਹਿਤ ਗੱਲ ਨਹੀਂ ਹੈਗੀ ਵੀ ਕਿਹੜੇ ਪ੍ਰਸੰਗ ਵਿੱਚ ਉਹ ਕਈ ਥਾਈਂ ਡਾਕੇ ਮਾਰਨ ਦੀ ਗੱਲ ਹੋਈ ਹੈ ਤਾਂ ਗੱਲ ਪਤਾ ਲੱਗ ਸਕਦੀ। ਦੂਜੀਆਂ ਦੋਵੇਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਡਿਟੇਲਸ, ਉਹਨਾਂ ਦੇ ਅਰਥ ਦੱਸਦੇ ਆ ਕਿ ਪਹਿਲਾਂ ਹੈਗਾ ਕਿ ਸਰਕਾਰ 'ਤੇ ਡਾਕਾ ਮਾਰਨਾ ਚਾਹੀਦਾ ਜੀ ਅਤੇ ਪੰਜਾਬ ਸੁੱਤੇ ਹੋਏ ਨੂੰ ਜਗਾਉਣਾ ਚਾਹੀਦਾ। ਸਰਕਾਰ 'ਤੇ ਡਾਕੇ ਮਾਰਨ ਦਾ ਮਤਲਬ ਹੈ ਸਰਕਾਰੀ ਖਜ਼ਾਨਿਆਂ ਦੇ ਉੱਤੇ ਡਾਕੇ ਮਾਰੋ, ਠੀਕ ਹੈ ਨਾ। ਦੂਜਾ ਹੈਗਾ ਸੀਗਾ ਯੂਰਪੀਅਨ ਨੂੰ ਲੁੱਟੋ, ਗੋਰਿਆਂ ਨੂੰ ਲੁੱਟੋ, ਯੂਰਪੀਅਨ ਨੂੰ ਲੁੱਟੋ, ਉਹਨਾਂ ਪੈਸਿਆਂ ਨੂੰ ਵਰਤੋਂ ਵਿੱਚ ਲਿਆਓ। ਔਰ ਇਹ ਕੋਈ ਗੈਰ ਵਾਜਬ ਗੱਲ ਨਹੀਂ ਸੀ ਹੈਗੀ, ਹੈ ਨਾ। ਪਰ ਜਿਹੜਾ ਹੈਗਾ ਸੀਗਾ ਨਵਾਬ ਖਾਨ ਅਤੇ ਮੂਲਾ ਸਿੰਘ ਹੋਰੀ ਜਿਹੜੇ ਬਾਅਦ ਵਿੱਚ ਵਾਅਦਾ ਮਾਫ ਗਵਾਹ ਬਣ ਗਏ, ਜਾਂ ਇੱਕ ਆਨੰਦ ਸਿੰਘ ਨਾਂ ਦਾ ਜਿਹੜਾ ਸੀ ਗਵਾਹ, ਉਹਨਾਂ ਨੇ ਇਹ ਕਿਹਾ ਕਿ ਡਾਕੇ ਮਾਰਨ ਦੀ ਸਲਾਹ ਜਹਾਜ਼ਾਂ ਵਿੱਚ ਆਉਂਦਿਆਂ ਬਣ ਗਈ ਸੀਗੀ, ਠੀਕ ਹੈ। ਪਰ ਦੂਜੇ ਪਾਸੇ ਜਿਹੜੇ ਬਾਕੀ ਗਦਰੀ ਸਨ ਉਹਨਾਂ ਸਾਰਿਆਂ ਨੇ, ਜਿਵੇਂ ਆਪਾਂ ਪਹਿਲਾਂ ਕਿਹਾ ਸੀ ਕਿ ਡਾਕੇ ਮਾਰਨ ਦੇ ਬਾਰੇ ਸਾਡੇ ਇਹ ਲੋਕ ਮੁਤਫਿਕ ਨਹੀਂ ਸਨ, ਉੱਥੇ ਦੁਚਿੱਤੀ ਸੀਗੀ, ਦੁਬਧਾ ਸੀਗੀ, ਦੋ ਰਾਵਾਂ ਸੀਗੀਆਂ। ਡਾਕਟਰ ਸਾਹਿਬ, ਇਹਨਾਂ ਦੇ ਵਿੱਚੋਂ ਕਈ ਵਾਰੀ ਉਹਨਾਂ ਦੇ ਜਦੋਂ ਕੋਈ ਜਥੇਬੰਦੀ ਬਣਦੀ ਆ ਅਤੇ ਉਹਦੇ ਵਿੱਚ ਚੋਰ ਡਕੈਤ ਵੀ ਨਾਲ ਲੜਦੇ ਨੇ, ਤੁਹਾਨੂੰ ਲੱਗਦਾ ਵੀ ਗਦਰ ਪਾਰਟੀ ਦੇ ਵਿੱਚ ਜਿਹੜੇ ਬਹੁ ਗਿਣਤੀ ਜਿਹੜੀ ਕਹਿੰਦੀ ਸੀ ਵੀ ਡਾਕੇ ਮਾਰਨੇ ਜ਼ਰੂਰੀ ਨੇ ਪਾਰਟੀ ਵਾਸਤੇ, ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਵਾਸਤੇ ਵੀ ਜਿਹੜੇ ਜੀ ਡਾਕੇ ਮਾਰਨ ਦੀ ਹਮਾਇਤ ਕੀਤੀ ਹੋਵੇ? ਇਹ ਦਿਲਚਸਪ ਸਵਾਲ ਹੈ ਤੁਹਾਡਾ। ਵੈਸੇ ਇਹ ਗੱਲ ਬਾਬਾ ਸੋਹਣ ਸਿੰਘ ਭਕਨਾ ਨੇ ਤਾਂ ਜ਼ਿਕਰ ਕੀਤਾ ਸੀ ਵੀ ਜਿਹੜਾ ਮੂਲਾ ਸਿੰਘ ਸੀ ਉਹ ਖੁਦ ਵੀ ਲਾਲਚੀ ਸੀਗਾ, ਠੀਕ ਹੈ। ਉਹਦੇ ਮਨ ਵਿੱਚ ਸੀ ਵੀ ਚਲੋ ਜੇ ਡਾਕੇ ਵੱਜਣਗੇ ਅਤੇ ਵਿੱਚੋਂ ਕੁਝ ਮਾਲ ਖਾਣ ਦਾ ਸਾਨੂੰ ਵੀ ਮੌਕਾ ਮਿਲੂਗਾ, ਠੀਕ ਹੈ ਨਾ। ਤਾਂ ਇਸ ਤੋਂ ਇਲਾਵਾ ਇਹ ਵੀ ਸੀ ਵੀ ਉਹ ਬਾਹਰੋਂ ਆਏ ਸਨ, ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਹੈਗਾ ਕਿ ਕਿਹੜਾ ਬੰਦਾ ਆ ਜਿਹਦੇ ਕੋਲੋਂ ਅਸੀਂ ਡਾਕੇ ਮਾਰ ਕੇ ਅਤੇ ਕਿਹੜਾ ਸ਼ਾਹੂਕਾਰ ਆ ਜਿਹਦੇ ਕੋਲੋਂ ਅਸੀਂ ਲੁੜੀਂਦੀ ਮਾਇਆ ਜਿਹੜੀ ਉਹ ਇਕੱਠੀ ਕਰ ਸਕਦੇ ਹਾਂ। ਇਹਦੇ ਵਾਸਤੇ ਉਹਨਾਂ ਨੂੰ ਕਈ ਵਾਰ ਲੋਕਾਂ ਦੀ ਸਹਾਇਤਾ ਲੈਣੀ ਪੈਂਦੀ ਸੀ, ਜਿਵੇਂ ਆਪਾਂ ਜ਼ਿਕਰ ਕੀਤਾ ਵੀ ਜਿਹੜਾ ਬੀਬੀ ਸਰਦੀ ਦੇ ਘਰ ਡਾਕਾ ਵੱਜਾ, ਉਹ ਉਹਨਾਂ ਡਾਕੂਆਂ ਵੱਲੋਂ ਦੱਸਿਆ ਗਿਆ ਜਿਹੜੇ ਪ੍ਰੋਫੈਸ਼ਨਲ ਡਾਕੂ ਸਨ, ਠੀਕ ਹੈ। ਔਰ ਉਹ ਪਹਿਲਾਂ ਉੱਥੇ ਡਾਕੇ ਮਾਰਨ 'ਚ ਕਾਮਯਾਬ ਨਹੀਂ ਸਨ ਹੋ ਸਕੇ, ਹੁਣ ਵੀ ਜਦੋਂ ਡਾਕੇ ਵੱਜੇ ਸੀ ਤਾਂ ਉਹ ਨਾਲ ਸਨ, ਅਤੇ ਜਦੋਂ ਪੈਸੇ ਦੀ ਵੰਡ ਵੰਡਾਈ ਹੋਈ ਨਾ ਤਾਂ ਕੁਝ ਪੈਸੇ ਤਾਂ ਉਹਨਾਂ ਨੇ ਰੱਖ ਲਏ ਪਾਰਟੀ ਫੰਡ ਵਾਸਤੇ, ਅਤੇ ਬਾਕੀ ਜਿਹੜੇ ਪੈਸੇ ਸੀਗੇ ਉਹ ਜਿਹੜੇ ਇਹ ਸਹਾਇਤਾ ਕਰਨ ਵਾਸਤੇ ਜਿਹੜੇ ਦੂਜੇ ਆਮ ਡਾਕੂ ਸਨ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸੀਗਾ, ਉਹਨਾਂ ਨੂੰ ਦੇ ਦਿੱਤੇ ਗਏ ਕਿ ਇਸ ਇਹਨਾਂ ਨੇ ਸਾਡੀ ਮਦਦ ਕੀਤੀ ਆ, ਠੀਕ ਹੈ ਨਾ। ਤਾਂ ਇਹ ਗੱਲ ਤੁਹਾਡੀ ਜਿਹੜੀ ਹੈ ਕਿ ਇਸ ਤਰ੍ਹਾਂ ਦੇ ਗੱਲਾਂ ਜਿਹੜੀਆਂ ਸੀ ਇਹਨਾਂ ਨੇ ਵੀ ਬੁਰਾ ਅਸਰ ਪਾਇਆ। ਪਰ ਆਪਾਂ ਗੱਲ ਕਰਦੇ ਸੀਗੇ ਜਿਹੜਾ ਮੁਕੱਦਮਾ ਆ ਨਾ, ਉਸ ਮੁਕੱਦਮੇ ਵਿੱਚ ਇੱਕ ਪਾਸੇ ਤਾਂ ਜੱਜ ਇਹ ਗੱਲ ਕਹਿੰਦਾ ਪਿਆ, ਦੂਜੇ ਪਾਸੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਕਿਹਾ, ਉਹਨੇ ਕਿਹਾ ਕਿ ਅਸੀਂ ਇੱਥੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਆਏ ਸਾਂ, ਅਸੀਂ ਡਾਕੇ ਮਾਰਨ ਵਾਸਤੇ ਨਹੀਂ ਸਾਂ ਆਏ ਇੱਥੇ, ਇਹ ਉਹਨੇ ਗੱਲ ਕਹੀ। ਇਸੇ ਤਰ੍ਹਾਂ ਹੀ ਜਿਹੜੇ ਦੂਜੇ ਗਦਰੀ, ਕੋਈ ਵੀ
ਗਦਰੀ ਜਿਹੜਾ ਸੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਹੈਗਾ। ਇਸ ਗੱਲ ਦੇ ਉੱਤੇ ਸਾਰੇ ਜਿਹੜੇ ਸਨ ਉਹ ਖਫਾ ਸਨ। ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਅਸੀਂ ਡਾਕਾ ਮਾਰਨਾ ਸਾਡੀ ਕੋਈ ਯੋਜਨਾ ਦਾ ਹਿੱਸਾ ਸੀਗਾ। ਇਹ ਸਹਿਮਤੀ ਨਹੀਂ ਸੀ ਉਹਨਾਂ ਦੀ ਇਸ ਗੱਲ ਦੇ ਉੱਤੇ, ਬਾਕੀ ਸਾਰੀਆਂ ਗੱਲਾਂ 'ਤੇ ਉਹ ਸਹਿਮਤ ਸਨ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਹੀ ਆ ਕਿ ਵੀ ਉਹ ਸਰਦੀ ਦੇ ਘਰ ਜਦੋਂ ਡਾਕਾ ਮਾਰਿਆ ਤਾਂ ਫਿਰ ਜਿਹੜੇ ਪ੍ਰੋਫੈਸ਼ਨਲ ਡਾਕੂ ਜਿਹੜੇ ਸੀਗੇ ਜਿਨ੍ਹਾਂ ਦਾ ਕੰਮ ਹੀ ਡਾਕੇ ਮਾਰਨਾ ਸੀ, ਉਹਨਾਂ ਨੂੰ ਵੀ ਕੁਛ ਰਕਮ ਜਿਹੜੀ ਹੈ ਜੀ ਉਹ ਦਿੱਤੀ ਗਈ। ਸੋ ਕਹਿਣ ਦਾ ਭਾਵ ਹੈ ਜਿਹੜੀਆਂ ਤੁਹਾਡੀਆਂ ਗੱਲਾਂ ਤੋਂ ਸੁਣ ਕੇ ਲੱਗਦਾ ਕਿ ਜਿਹੜੀ ਡਾਕੇ ਮਾਰਨ ਵਾਲੇ ਜਿਹੜੇ ਦੇਸ਼ ਭਗਤ ਸੀ ਉਹਨਾਂ 'ਚੋਂ ਬਹੁਤ ਗਿਣਤੀ ਜਿਹੜੇ ਸੀ ਉਹ ਇੰਨੇ ਸੂਝਵਾਨ ਜਾਂ ਇੰਨੇ ਦੂਰ ਅੰਦੇਸ਼ੀ ਜਾਂ ਉਹ ਸਿਆਣੇ ਨਹੀਂ ਸੀ, ਜਿਹਦੇ ਕਰਕੇ ਇਹ ਗਦਰ ਲਹਿਰ ਨੂੰ ਇਸ ਪਾਸਿਓਂ ਥੋੜ੍ਹੀ ਜਿਹੀ ਢਾਹ ਵੀ ਲੱਗੀ। ਸੋ ਵਿਸਥਾਰ ਤੁਹਾਡੇ ਕੋਲ ਜਾਣਨਾ ਚਾਹਾਂਗੇ ਅੱਗੋਂ, ਲੇਕਿਨ ਇਹ ਨਹੀਂ ਆਪਾਂ ਕਹਿ ਸਕਦੇ ਸੂਝਵਾਨ ਨਹੀਂ ਸੀ, ਆਪਾਂ ਕਿਹਾ ਸੀ ਵੀ ਉਹਨਾਂ ਦੀ ਮਜਬੂਰੀ ਇਹ ਬਣ ਗਈ ਸੀ। ਔਰ ਪਰ ਕਿਉਂਕਿ ਜਦੋਂ ਉਹਨਾਂ ਨੂੰ 5 ਕੁ ਡਾਕਿਆਂ ਤੋਂ ਬਾਅਦ ਜਿਵੇਂ ਤਾੜਨਾ ਵੀ ਹੋਣੀਆਂ ਸ਼ੁਰੂ ਹੋ ਗਈਆਂ ਕੇਂਦਰੀ ਕਮੇਟੀ ਵੱਲੋਂ ਕਿ ਫਲਾਣੇ ਥਾਂ ਬੰਦਾ ਮਾਰਿਆ ਗਿਆ, ਤੁਹਾਡੇ ਕੋਲ ਫਲਾਣੇ ਥਾਂ ਗੱਲ ਗਲਤ ਹੋ ਗਈ ਆ, ਹੈ ਨਾ, ਇਹ ਐਨਾਲਾਈਜ਼ ਵੀ ਕਰਦੇ ਸਾਰੀ ਗੱਲ ਨੂੰ, ਤਾਂ ਫਿਰ ਉਹਨਾਂ ਡਾਕੇ ਮਾਰਨੇ ਬੰਦ ਕਰ ਦਿੱਤੇ ਸੀਗੇ। ਠੀਕ ਹੈ ਜੀ, ਫਿਰ ਜਿਹੜੇ ਡਾਕੇ ਮਾਰਨੇ ਕਿਵੇਂ ਬੰਦ ਹੋਏ ਔਰ ਉਹਦਾ ਜਿਹੜਾ ਵਿਸਥਾਰ ਹੈ ਉਹ ਵੀ ਜਾਣਨਾ ਚਾਹਾਂਗੇ, ਲੇਕਿਨ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਹੈ ਜੀ, ਔਰ ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਧੰਨਵਾਦ। ਮਿਹਰਬਾਨੀ ਜੀ। ਉਮੀਦ ਕਰਦਾ ਕਿ ਤੁਹਾਨੂੰ ਗਦਰ ਪਾਰਟੀ ਵੱਲੋਂ ਮਾਰੇ ਗਏ ਜਿਹੜੀ ਇਹ ਡਾਕੇ ਸੀ, ਜਿਹੜੀ ਜਾਣਕਾਰੀ ਦਿੱਤੀ ਡਾਕਟਰ ਸੰਧੂ ਹੋਣਾ ਨੇ, ਉਹ ਤੁਹਾਨੂੰ ਪਸੰਦ ਆਈ ਹੋਵੇਗੀ, ਕਿਉਂਕਿ ਸਾਨੂੰ ਜਿਹੜਾ ਇਤਿਹਾਸ ਆ ਇਹ ਸਾਡੇ ਜਿਹੜੇ ਜੀ ਪਾਠਕ੍ਰਮ ਦੇ ਵਿੱਚ ਬਹੁਤ ਘੱਟ ਪੜ੍ਹਾਇਆ ਗਿਆ ਹੈ ਔਰ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਬੜੀ ਦਿਲਚਸਪ ਜਾਣਕਾਰੀ ਸਾਨੂੰ ਸਾਡੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਉਹ ਤੱਥਾਂ ਸਮੇਤ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ, ਜਿਹੜੀ ਡਾਕਟਰ ਸੰਧੂ ਹੋਣੀ ਸਾਨੂੰ ਦੇ ਰਹੇ ਨੇ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਇਹਨਾਂ ਡਾਕਿਆਂ ਬਾਰੇ ਜਿਹੜਾ ਜੀ ਹੋਰ ਵਿਸਥਾਰ ਜਿਹੜਾ ਕਿ ਕਿਵੇਂ ਬੰਦ ਹੋਏ ਅਤੇ ਉਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣੀ, ਇਹ ਸਾਰੀ ਦੀ ਸਾਰੀ ਜਿਹੜੀ ਲੜੀ ਹੈ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।